सब्सक्राइब करो पंजाबी रियल टीवी। ट्रेलवी नप दो। नप दो। हेलो जी, माय नेम इज रमेश सिंह एंड शी इज दिलप्रीत कौर। सत श्री अकाल। तुहानू पता रीसेंटली आपां वीडियोस देखियां कुछ एक मजाकिया मजहरा दियां, मतलब के पोएट्री दियां, फनी पोएट्री, क्योंकि अपना जिहड़ा इंटरस्ट है ना वो पोएट्री विच बड़ा खुभदा जा रहा है, तुसीं वीडियोज़ पसंद भी कर रहे हो, है ना। तो करके फिर साडा फर्ज बनता कि असीं कुछ इदां दे होर आर्टिस्ट तुहाडे सामने पेश खिदमत करिए, है कि नहीं जनाब? हाँ जी, समझ मेरी गल? समझ गई, पर मैनूं पसंद नहीं हुंदी सी, हुण मतलब फनी फनी बनांदे। फनी मैनूं भी पसंद है, मैनूं फनी पसंद है। या सो दिस इज बेस्ट एवर पंजाबी पोएट्री पाकिस्तान पंजाब, ठीक है जी। ये जो आर्टिस्ट ने अनाउन ने टाइटल विच इन्हां दा कोई नेम नहीं मिलिया सानू, तो देखते हैं कि इन्हां दी पोएट्री किद्दां दी है, एंड रूबरू होवांगे इन्हां दे। पर अपनी वीडियो नू लाइक होने कर दो, तो शुरू तो लैके जमा ओ एंड तक टैली दे घर तक जरूर देखियो, ठीक है। तो बाकी अपने चैनल नू सबसक्राइब जरूर कर दो यार, तो प्रेस द बैल आइकन एज़ वेल, तां जो नोटिफिकेशन तुहाडे फोन आते तुहानू मिलदियां रहन। तो असीं वीडियो करन लगे, शुरू हो जाओ तैयार। Let's get started. ਉਹ ਗੱਲਾਂ ਨਾ ਰਹੀਆਂ, ਉਹ ਬਾਤਾਂ ਨਾ ਰਹੀਆਂ, ਉਹ ਮੇਲੇ 'ਚ ਘੁਲਣਾ, ਉਹ ਕੌਡੀ, ਉਹ ਪਾਣੀ, ਉਹ ਵੀਣੀ, ਉਹ ਫੜਨੀ ਤੇ ਬੁਤਕਰ ਵੀ ਚਾਣੀ, ਉਹ ਭੰਗੜਾ ਪਾਉਣਾ ਤੇ ਬੈਂਸਰੀ ਵਜਾਣੀ, ਸਵਾਰਾਂ ਨੇ ਨੇਜ਼ੇ ਤੇ ਘੋੜੀ ਪਜਾਣੀ, ਉਹ ਮੁੰਡਿਆਂ ਨੇ ਅਖਾੜੇ 'ਚ ਤਾਕਤ ਅਜ਼ਮਾਣੀ, ਉਹ ਪਿੰਡਿਆਂ 'ਚ ਹਿੰਮਤਾਂ ਖੁਰਾਕਾਂ ਨਾ ਰਹੀਆਂ, ਉਹ ਗੱਲਾਂ ਨਾ ਰਹੀਆਂ, ਮਤਲਬ ਪੁਰਾਣਾ ਐਂਡ ਨਵਾਂ। ਉਹ ਮੁੰਜੀ ਦੀ ਫਸਲ ਵੱਢਣੀ ਤੇ ਫੜਨੀ, ਬੋਲ ਤੂੰ ਜਵਾਕਾਂ ਨੂੰ ਰੇੜੀ ਵੀ ਵੰਡਣੀ, ਪੱਗ ਲਾ ਕੇ ਸਿਰ ਤੋਂ ਕਿੱਲੀ ਤੇ ਟੰਗਣੀ, ਕੁਹਾੜੀ ਤੇ ਰੰਬੀ ਵੀ ਘਰ ਵਿੱਚ ਹੀ ਚੰਡਣੀ, ਉਹ ਬੁੱਢਾ ਉਹ ਬਾਬਾ ਬਨ ਕੇ ਮੰਡਾਸਾ ਪਿਆ ਫੇਰੇ ਤਰੇਂਗਲ, ਕੁਵਾਸਾ ਕੁਵਾਸਾ ਉਹ ਮਾਝਾ, ਉਹ ਗਾਮਾ ਕਰਤਾਰਾ ਵਿਸਾਖਾ, ਉਹ ਪੱਠਿਆਂ ਦੇ ਪੋਲੇ ਨੂੰ ਫੇਰੇ ਗੰਡਾਸਾ, ਔਖੀਆਂ 'ਚ ਸੁਰਮਾ ਤੇ ਬੁੱਲਾਂ ਤੇ ਹਾਸਾ, ਉਹ ਹੋਠਾਂ ਤੇ ਮਲਣਾ ਸਕਦਾ ਦੰਦਾਸਾ, ਉਹ ਛੰਨੇ ਉਹ ਥਾਲ ਪਰਾਤਾਂ ਨਾ ਰਹੀਆਂ, ਉਹ ਗੱਲਾਂ ਬਾਤਾਂ ਸਹੀ ਬਾਤਾਂ ਨਾ ਰਹੀਆਂ, ਨਾ ਪਾਊਡਰ ਨਾ ਸੁਰਖੀ ਨਾ ਲਾਲੀ ਨੂੰ ਲਾਣਾ, ਲਾਲ ਸੂਹਾ ਜੋੜਾ ਵਹੁਟੀ ਨੇ ਪਾਣਾ, ਕਾਲੇ ਜੇ ਬੋਕੇ ਚ ਵਹੁਟੀ ਨੇ ਜਾਣਾ, ਵਿਛੋੜਾ ਨਾ ਸਹਿੰਦੀ ਤੇ ਢਾਵਾਂ ਪੀ ਮਾਰੇ, ਤੇ ਪਿੰਡ ਦੇ ਲੋਕੀ ਵੀ ਰੋਣ ਪੇ ਸਾਰੇ, ਉਹ ਕੰਮੀ ਉਹ ਲਾਗੀ ਉਹ ਜਾਚਾਂ ਨਾ ਰਹੀਆਂ, ਉਹ ਗੱਲਾਂ ਨਾ ਰਹੀਆਂ, ਉਹ ਬਾਤਾਂ ਨਾ ਰਹੀਆਂ। ਗਾਜਰ ਦਾ ਹਲਵਾ ਨਾ ਫਿਰਨੀ ਪਕਾਣੀ, ਤੇ ਜੰਜ ਨੂੰ ਜਲੇਬੀਆਂ ਤੇ ਚਾਹ ਹੀ ਪਿਆਣੀ, ਤੇ ਚਾਹ ਵਿੱਚ ਹੋਣਾ ਗੁੜ ਦਾ ਮਿੱਠਾ, ਬਹੁਤੀ ਆਉਣੀ ਲੰਮੀ ਤੇ ਲਾੜਾ ਆਉਣਾ ਗਿੱਠਾ, ਉਤਾਰੇ ਚ ਜੰਜ ਰਾਤੀ ਟਿਕਾਣੀ, ਕੁੜੀਆਂ ਪਈ ਘੜੇ ਤੇ ਦੋਣੀ ਵਜਾਣੀ, ਮਤਾਬੇ ਮਰਾਸੀ ਨੇ ਹੀਰ ਸੁਣਾਣੀ, ਕੁੜੀਆਂ ਪਾਣਾ ਗਿੱਧਾ ਨਾਲ ਬੋਲੀ ਪਾਣੀ, ਉਹ ਡੋਲੀ ਕਹਾਰ ਤੰਬੂ ਕਲਾਤਾਂ ਨਾ ਰਹੀਆਂ, ਪਿੰਡ ਦੇ ਸਕੂਲਾਂ ਦਾ ਹੁੰਦਾ ਸੀ ਰੌਲਾ, ਨਾ ਬੂਹਾ ਨਾ ਬਾਰੀ ਨਾ ਚੰਨਾ ਨਾ ਕੌਲਾ, ਪੂਰੇ ਸਕੂਲ ਵਿੱਚ ਚੌਂਕੀ ਨਾ ਦਰੀਆਂ ਨਾ ਹੋਣਾ ਫਰਨੀਚਰ, ਉਹ ਤੇਗ ਅਲੀ ਮਾਸਟਰ ਨੇ ਡੰਡਾ ਘੁਮਾਉਣਾ ਤੇ ਸੌ ਸੌ ਨਿਆਣਿਆਂ ਨੂੰ ਕੱਲਿਆਂ ਪੜ੍ਹਾਉਣਾ, ਉਹ ਫੱਟੀਆਂ ਉਹ ਕਲਮਾਂ ਦਵਾਤਾਂ ਨਾ ਰਹੀਆਂ, ਉਹ ਗੱਲਾਂ ਸਹੀ ਹੈ ਯਾਰ, ਫੱਟੀ ਦਵਾਤ ਮੈਂ ਵੀ ਬਹੁਤ ਮਿਸ ਕਰਦਾ, ਤੇ ਛੱਪੜਾਂ ਚ ਨਹਾਉਣਾ ਤੇ ਚੂਪੜੇ ਉਹ ਗੱਲੇ, ਉਹ ਪਿੰਡ ਦੀਆਂ ਬੋੜਾਂ ਉਹ ਲੱਸੀ ਦੇ ਛੰਨੇ, ਤੇ ਬੇਲੇ ਚ ਛੇੜੂਆਂ ਨੇ ਮੱਝਾਂ ਨੂੰ ਚਰਾਉਣਾ, ਤੇ ਰਾਤੀ ਪੀਣੇ ਡੋਕੇ ਤੇ ਬਹਿਕਾ ਚ ਸੌਣਾ, ਉਹ ਮਾਈਆਂ ਉਹ ਚਰਖੇ ਉਹ ਕਾਤਾਂ ਨਾ ਰਹੀਆਂ, ਚਰਖੇ ਸਹੀ ਹੈ ਬਾਤਾਂ ਨਾ ਰਹੀਆਂ, ਤੇ ਸ਼ਾਦੀ ਪੁਰਾਣੀ ਪੁਰਾਣਾ ਸੀ ਵੇਲਾ, ਤੇ ਪਿੰਡ ਵਿੱਚ ਜਾਪਣਾ ਜਿਵੇਂ ਕੋਈ ਮੇਲਾ, ਤੇ ਹਫ਼ਤਾ ਪੁਰਾਣੇ ਪਹਿਲਾਂ ਹੀ ਆਣੇ, ਤੇ ਬੰਦੇ ਆਉਣੇ ਥੋੜੇ ਤੇ ਬਹੁਤੇ ਆਈ ਆਣੇ, ਵਿਆਹ 'ਚ ਬੰਦਿਆਂ ਨੇ ਰੁੱਸ ਰੁੱਸ ਜਾਣਾ, ਤੇ ਪੈਰੀ ਹੱਥੀ ਇਹ ਪੈ ਪੈ ਉਹਨਾਂ ਨੂੰ ਮਨਾਉਣਾ, ਰਾਤੀ ਬਹਿ ਦਰਜੀ ਤੂੰ ਕੱਪੜੇ ਸਵਾਣੇ, ਤੇ ਪੀੜੇ ਜਾ ਕੇ ਸ਼ਹਿਰ ਨੂੰ ਆਪ ਹੀ ਲਿਆ, ਪੁਰਾਣੀ ਤੇ ਖਵਾਣੀ ਵਲੀਮੇ ਦੀ ਰੋਟੀ, ਸ਼ੋਰਾ ਹੋਣਾ ਬਹੁਤਾ ਤੇ ਇੱਕ ਹੋਣੀ ਬੋਲੀ, ਰੋਟੀ ਖਾ ਕੇ ਦੇਣਾ ਮੁੱਛਾਂ ਨੂੰ ਵਰਤ, ਰੋਟੀ ਖਾ ਕੇ ਦੇਣਾ ਮੁੱਛਾਂ ਨੂੰ ਵਰਤ, ਤੇ ਕਰਨੀਆਂ ਗੱਲਾਂ ਵੀ ਰਜਿਆ ਜੱਟ, ਰਜਿਆ ਜੱਟ, ਉਹ ਲਾੜੇ ਉਹ ਡੋਲੀ ਬਰਾਤਾਂ ਨਾ ਰਹੀਆਂ, ਉਹ ਗੱਲਾਂ ਨਾ ਰਹੀਆਂ, ਬਾਤਾਂ ਨਾ ਰਹੀਆਂ, ਨਾ ਬਲੱਡ ਪ੍ਰੈਸ਼ਰ ਨਾ ਗਿੱਟਿਆਂ ਚ ਪੀੜਾਂ, ਦੇਸੀ ਦੁਆਵਾਂ ਮਰਬੇ ਹਰੀੜਾਂ, ਤੇ ਬੁੱਢਿਆਂ ਨੇ ਸਿਰ ਉੱਤੇ ਮਹਿੰਦੀ ਲਵਾਣੀ, ਤੇ ਸੱਸਾਂ ਨੇ ਨੋਵਾਂ ਤੋਂ ਗੁੱਤ ਛੁੱਤ ਕਰਾਣੀ, ਪੀਣੇ ਦਿੜ ਕੇ ਸਵੇਰੇ ਸਵੇਰੇ, ਤੇ ਜੋ ਲੈਣੇ ਟੱਗੇ ਹਨੇਰੇ ਹਨੇਰੇ, ਉਹ ਬਾਜਰੇ ਜਵਾਰਾਂ ਮਕਈਆਂ ਨਾ ਰਹੀਆਂ, ਫੁੱਲਾਂ ਵਰਗੀਆਂ ਉਹ ਦਹੀਆਂ ਨਾ ਰਹੀਆਂ, ਦਹੀਆਂ ਨਾ ਰਹੀਆਂ, ਉਹ ਵੋਲੇ ਤਰੇਂਗੋਲ ਕਈਆਂ ਨਾ ਰਹੀਆਂ, ਖੂਹਾਂ ਦੇ ਪਾਣੀ ਬਰਸਾਤਾਂ ਨਾ ਰਹੀਆਂ, ਉਹ ਗੱਲਾਂ ਨਾ ਰਹੀਆਂ, ਉਹ ਬਾਤਾਂ ਨਾ ਰਹੀਆਂ, ਤੇ ਹਾਲੀਆਂ ਨੇ ਹਾਲਾਂ ਵਿੱਚ ਪੱਤਾ ਪਹਚਾਣਾ, ਹਾਲੀਆਂ ਨੂੰ ਹਾਲਾਂ ਵਿੱਚ ਪੱਤਾ ਪਹਚਾਣਾ, ਸਿਰ ਤੇ ਆਉਣੀ ਰੋਟੀ ਤੇ ਕੁੱਛੜ ਜਾਣਾ, ਤੇ ਹਾਲ ਛਾਲ ਵਾਹਣੇ ਉਹ ਟੱਗਿਆਂ ਦੀ ਜੋੜੀ, ਉਹ ਅਲਸੀ ਦੀ ਪਿੰਨੀ, ਉਹ ਗੁੜ ਵਾਲੀ ਰੋੜੀ, ਤੇ ਮਕਈ ਦੀ ਰੋਟੀ ਸਾਗ ਨਾਲ ਖਾਣੀ, ਤੇ ਦੇਸੀ ਘਿਓ ਵਿੱਚ ਸ਼ੱਕਰ ਚ ਪਾਣੀ, ਉਹ ਬਾਜਰੇ ਦੇ ਟੋਡੇ ਸੁਗਾਤਾਂ ਨਾ ਰਹੀਆਂ, ਵਾਹ ਯਾਰ ਵਾਹ,
ਤੇ ਅੱਖ ਵਿੱਚ ਹਯਾ ਨਾਲ ਇੱਜ਼ਤ ਵੀ ਕਰਨੀ ਤੇ ਵਹੁਟੀ ਨੇ ਗੱਲ ਸੱਸ ਸਹੁਰੇ ਦੀ ਜਰਨੀ ਤੇ ਸ਼ਾਹ ਵੇਲੇ ਉੱਠ ਕੇ ਤੇ ਰੋਟੀ ਪਕਾਉਣੀ ਤੇ ਸੁਵਖ ਤੇ ਮਧਾਣੀ ਚਾ ਪਾਣੀ ਮੁੰਡਿਆਂ ਨੇ ਖੇਡਣੀ ਰਾਤਾਂ ਨੂੰ ਲੋਹੜੀ ਨਾ ਵੱਜਣਾ ਕੋਈ ਡਾਕਾ ਨਾ ਹੋਣੀ ਕੋਈ ਚੋਰੀ ਉਹ ਚੰਗੀਆਂ ਸਵੇਰਾਂ ਉਹ ਰਾਤਾਂ ਨਾ ਰਹੀਆਂ ਉਹ ਗੱਲਾਂ ਨਾ ਰਹੀਆਂ ਉਹ ਬਾਤਾਂ ਨਾ ਰਹੀਆਂ ਨਾ ਕੋਪਾਂ ਕਲੈਸ਼ਨ ਨਾ ਹੋਣੇ ਕੋਈ ਠਾਣੇ ਤੇ ਭਰਿਆ ਪਚਾਤਾਂ ਨੇ ਰੱਫੜ ਮਕਾਣੇ ਤੇ ਬੋਰਡ ਹੇਠਾਂ ਬੰਦਿਆਂ ਨੇ ਮੰਜੇ ਚੜਾਣੇ ਤੇ ਗਾਮੇ ਤੇ ਮਾਝੇ ਨੇ ਹੁੱਕੇ ਪਖਾਣੇ ਇੱਕ ਇੱਕ ਮੁੱਠ ਹੋਣਾ ਨਹਾਉਣਾ ਕੋਈ ਪਰਾਇਆ ਉਹ ਬੇਬੇ ਉਹ ਮਾਸੀ ਉਹ ਚਾਚਾ ਉਹ ਤਾਇਆ ਉਹ ਗੱਲਾਂ ਚ ਖੁਸ਼ਬੂਆਂ ਮਠਾਸਾਂ ਉਹ ਗੱਲਾਂ ਨਾ ਰਹੀਆਂ ਉਹ ਬਾਤਾਂ ਨਾ ਰਹੀਆਂ ਵਾਹ ਯਾਰ ਤੇ ਖੇਡਾਂ ਚ ਗੁੱਡੀਆਂ ਪਟੋਲੇ ਚ ਕਾਪੂ ਨਾ ਹੋਣਾ ਕੋਈ ਸੈਸ਼ਨ ਨਾ ਕੁੜੀਆਂ ਚਲਾਕੂ ਨਾ ਠਾਕੇ ਕੋਈ ਬੇਬੇ ਨਾ ਝਿੜਕੇ ਕੋਈ ਬਾਪੂ ਤੇ ਪਰਾਹੁਣੇ ਦੀ ਸੇਵਾ ਹੁੱਕਾ ਤਮਾਕੂ ਉਹ ਗੁਲੀਆਂ ਉਹ ਡੰਡੇ ਉਹ ਸ਼ਾਟਾਂ ਨਾ ਰਹੀਆਂ ਉਹ ਗੱਲਾਂ ਨਾ ਰਹੀਆਂ ਉਹ ਬਾਤਾਂ ਨਾ ਰਹੀਆਂ ਤੇ ਪਿੰਡ ਦੀਆਂ ਲੋਹਾਂ ਨੇ ਘੁੰਡ ਝੁੰਡ ਕੱਢਣੇ ਨਿਆਣੇ ਵੀ ਸਾਂਭਣੇ ਤੇ ਪੱਠੇ ਵੀ ਵੱਢਣੇ ਤੇ ਵੱਢ ਕੇ ਪੱਠੇ ਤੇ ਸਿਰ ਤੇ ਲਿਆਣੇ ਤੇ ਕਰਕੇ ਗਤਾਵਾ ਤੇ ਡੰਗਰਾਂ ਨੂੰ ਪਾਣੇ ਸੱਸ ਨਾਲ ਜਾ ਕੇ ਤੇ ਤਕੜੇ ਟਪਾਣੇ ਤੇ ਛੇ ਛੇ ਮਹੀਨੇ ਕੱਪੜੇ ਸਵਾਣੇ ਉਹ ਮੋੜਾ ਉਹ ਉਖੜੀ ਉਹ ਚੱਕੀ ਉਹ ਦਾਣੇ ਤੇ ਵਿਆਹਾਂ ਦੀ ਭਾਜੀ ਪਤਾਸੇ ਮਖਾਣੇ ਉਹ ਬੁੱਢੀਆਂ ਸੀ ਚੰਗੀਆਂ ਤੇ ਬੰਦੇ ਸੀ ਭੋਲੇ ਨਾ ਲਹਿੰਗਾ ਨਾ ਕੁੜਤੀ ਨਾ ਘੱਗਰੀ ਨਾ ਚੋਲੇ ਉਹ ਦਰਜ਼ੀ ਉਹ ਕੈਂਚੀ ਉਹ ਕਾਟਾਂ ਨਾ ਰਹੀਆਂ ਉਹ ਗੱਲਾਂ ਨਾ ਰਹੀਆਂ ਉਹ ਬਾਤਾਂ ਨਾ ਰਹੀਆਂ ਬਾਤਾਂ ਨਾ ਰਹੀਆਂ ਉਹ ਖੁੱਡੀਆਂ ਉਹ ਖੱਡੀਆਂ ਗਲੀਚੇ ਉਹ ਪੂਣੀ ਉਹ ਤੰਦਾਂ ਉਹ ਮਿੱਟੀ ਦੇ ਕੋਠੇ ਤੇ ਕੱਚੀਆਂ ਉਹ ਕੰਧਾਂ ਤੇ ਕੰਧਾਂ ਤੇ ਵਾਹਣੇ ਮਾਈਆਂ ਨੇ ਬੂਟੇ ਉਹ ਪਰਾਲੀ ਤੇ ਬਿਨੂ ਉਹ ਹੁੱਗਿਆਂ ਦੇ ਸੂਟੇ ਉਹ ਪਿੱਪਰ ਤਰੇਕਾਂ ਤੇ ਅੰਬਾਂ ਦੇ ਬੂਟੇ ਉਹ ਸ਼ਰਮਾਂ ਹਯਾਵਾਂ ਤੇ ਪੀਂਘਾਂ ਦੇ ਝੂਟੇ ਉਹ ਤਲਕ ਉਮੀਦਾਂ ਉਹ ਆਸਾਂ ਨਾ ਰਹੀਆਂ ਉਹ ਗੱਲਾਂ ਨਾ ਰਹੀਆਂ ਉਹ ਬਾਤਾਂ ਨਾ ਰਹੀਆਂ ਬਹੁਤ ਹੀ ਜ਼ਿਆਦਾ ਵਧੀਆ ਵੀਡੀਓ ਸੀ ਯਾਰ ਮਤਲਬ ਇਹਨਾਂ ਨੇ ਪੁਰਾਣੇ ਪੰਜਾਬ ਦੀ ਪੁਰਾਣੇ ਸੱਭਿਆਚਾਰ ਦੀ ਗੱਲ ਕੀਤੀ ਸਾਰੀਆਂ ਗੱਲਾਂ ਬਹੁਤ ਵਧੀਆ ਸੀ ਪਰ ਮੈਨੂੰ ਇੱਕ ਗੱਲ ਜਿਹੜੀ ਦਿਲ 'ਤੇ ਛੂ ਗਈ ਨਾ ਵੀ ਜਿਹੜਾ ਪਹਿਲਾਂ ਕੀ ਹੁੰਦਾ ਸੀ ਵੀ ਜਿਹੜੇ ਇੱਕ ਮਤਲਬ ਇੱਕ ਜੋ ਹਾਊਸ ਵਾਈਫ ਹੈ ਜੋ ਉਹਨੇ ਮਤਲਬ ਆਪਣੇ ਨਿਆਣੇ ਵੀ ਸਾਂਭਣੇ ਉਹਨੇ ਪਿੰਡ ਜਾ ਕੇ ਖੇਤ ਜਾ ਕੇ ਕੰਮ ਵੀ ਕਰਾਉਣਾ ਨਰਮਾ ਵਗੈਰਾ ਚੁਗਣਾ ਹੈ ਨਾ ਖੇਤਾਂ 'ਚ ਕੰਮ ਕਰਾਉਣਾ ਪੱਤਾ ਲੈ ਕੇ ਜਾਣਾ ਫਿਰ ਉਹਨੇ ਡੰਗਰ ਵੀ ਸਾਂਭਣੇ ਡੰਗਰਾਂ ਨੂੰ ਚਾਰਾ ਵੀ ਪਾਉਣਾ ਅਤੇ ਨਹੀਂ ਬਿਲਕੁਲ ਸਹੀ ਹੈ ਇਹ ਗੱਲ ਆਪਣੇ ਜਿਵੇਂ ਮੈਨੂੰ ਤਾਂ ਹੀ ਰਿਲੇਟ ਕਰ ਸਕਦੇ ਹਾਂ ਕਿਉਂਕਿ ਅਸੀਂ ਵੀ ਪਹਿਲਾਂ ਪਿੰਡ ਹੀ ਰਹਿੰਦੇ ਸੀ ਅਤੇ ਜਿੱਦਾਂ ਅਸੀਂ ਆਪਣੇ ਮਦਰ ਤੋਂ ਵੀ ਸੁਣਦੇ ਹਾਂ ਇਹ ਚੀਜ਼ਾਂ ਹੈ ਨਾ ਵੀ ਜੇ ਡੰਗਰਾਂ ਨੂੰ ਪਾਣੀ ਪਿਆਉਣਾ ਤਾਂ ਮੰਨ ਲਓ ਤੁਹਾਡੇ ਘਰੇ 10 ਡੰਗਰ ਹੈ ਤਾਂ 10 ਨੂੰ ਤੁਸੀਂ ਨਲਕਾ ਗੇੜ ਕੇ ਪਾਣੀ ਪਿਆਉਣਾ ਅਤੇ ਬਾਹਾਂ ਰਹਿ ਜਾਂਦੀਆਂ ਸੀਗੀਆਂ ਬਈ ਕਿ ਨਲਕਾ ਗੇੜ ਕੇ ਅਤੇ ਅਸੀਂ ਵੀ ਛੋਟੇ ਹੁੰਦੇ ਇਹ ਚੀਜ਼ਾਂ ਕਰਦੇ ਰਹੇ ਹਾਂ ਕਿਉਂਕਿ ਜੇ ਇੱਕ ਮੰਨ ਲਓ ਮੱਝ ਹੀ ਆ ਮੱਝ ਨੇ ਪਾਣੀ ਪੀਣਾ ਅਤੇ ਉਹ 3-4 ਬਾਲਟੀਆਂ ਪਾਣੀ ਆਰਾਮ ਨਾਲ ਪੀ ਜਾਂਦੀ ਹੈ ਜੇਕਰ ਮਤਲਬ ਉਹ ਪਿਆਸੀ ਹੋਵੇ ਹੈ ਨਾ ਅਤੇ ਤੁਸੀਂ ਹਿਸਾਬ ਲਾ ਲਓ ਵੀ ਤੁਸੀਂ 40-50 ਬਾਲਟੀਆਂ ਭਰਨੀਆਂ ਅਤੇ ਹੈ ਨਾ ਮਤਲਬ ਆਪੇ ਮੋਢੇ ਤੋਂ ਤੁਹਾਡੇ ਰਹੀ ਜਾਣੇ ਬਾਹਾਂ ਦਾ ਅਤੇ ਇਹ ਵਾਕਈ ਇਹ ਪਹਿਲਾਂ ਗੱਲਾਂ ਹੁੰਦੀਆਂ ਸੀ ਵੀ 6-6 ਮਹੀਨੇ ਬਾਅਦ ਸੂਟ ਸਵਾਉਣੇ ਅੱਜ ਕੱਲ੍ਹ ਤਾਂ ਕਿ ਹਫ਼ਤੇ ਬਾਅਦ ਕੁਛ ਨਾ ਕੋਈ ਨਵਾਂ ਹੈ ਨਾ ਚੱਲਦਾ ਰਹਿੰਦਾ ਸ਼ੋਪਿੰਗ ਪਹਿਲਾਂ ਦੀ ਗੱਲਾਂ ਵਾਕਈ ਬਹੁਤ ਵਧੀਆ ਸੀ ਪਹਿਲਾਂ ਦੀ ਗੱਲਾਂ ਮਤਲਬ ਉਹ ਰਹੀਆਂ ਨੇਗੀਆਂ ਮੈਂ ਤਾਂ ਤੀਸਰੀ ਵਾਲੀ ਗੱਲ ਮੈਂ ਤੁਹਾਨੂੰ ਤਾਂ ਗਈ ਸੀ ਮੈਂ ਕਿਹਾ ਉਹ ਮਿਲੀ ਨਹੀਂ ਮੈਂ ਕਿਹਾ ਵੀ ਉਹ ਕਹਿੰਦੇ ਨਾ ਜਿੱਦਾਂ ਮਤਲਬ ਕੁੜੀਆਂ ਰੋਣਾ ਬੰਦ ਕਰਤਾ ਜਿੱਦਾਂ ਮਤਲਬ ਘਰ ਦੇ ਵਿਛੋੜਾ ਹੁੰਦਾ ਜਿੱਦਾਂ ਮੰਮੀ ਪਾਪਾ ਤੋਂ ਹੈ ਨਾ ਵੀ ਰੋਣਾ ਤਾਂ ਹੁਣ ਵੀ ਆਉਂਦਾ ਵੀ ਨਹੀਂ ਉਹਨਾਂ ਦਾ ਮੇਨ ਕਨਸੈਪਟ ਮੇਰੇ ਖਿਆਲ ਇਹ ਸੀਗਾ ਨਾ ਵੀ ਜਦੋਂ ਪਹਿਲਾਂ ਅੱਗੇ ਡੋਲੀ ਚੱਲਦੀ ਸੀਗੀ ਤਾਂ ਜਦੋਂ ਉਦੋਂ ਮਤਲਬ ਸਾਰਾ ਪਿੰਡ ਰੋਂਦਾ ਹੁੰਦਾ ਸੀਗਾ ਹਾਂਜੀ ਅੱਜ ਕੱਲ੍ਹ ਉਹ ਚੀਜ਼ਾਂ ਰਹਿ ਗਈਆਂ ਉਹ ਨਹੀਂ ਹਾਂ ਵੀ ਜਿਵੇਂ ਜ਼ਿਆਦਾ ਰੋਂਦੀ ਹੋ ਗਈ ਕੁੜੀ ਤਾਂ ਸਾਰਾ ਸੋ ਬਹੁਤ ਅੱਛੀ ਸੀ ਯਾਰ ਅੱਜ ਦੀ ਵੀਡੀਓ ਸਾਨੂੰ ਤਾਂ ਕਾਫੀ ਮਜ਼ਾ ਆਇਆ ਵੀਡੀਓ ਨੂੰ ਦੇਖ ਕੇ ਕਿਉਂਕਿ ਇਹਨਾਂ ਨੇ ਪੁਰਾਣੇ ਸੱਭਿਆਚਾਰ ਦੀ ਗੱਲ ਕੀਤੀ ਆ ਜੋ ਪੁਰਾਣਾ ਪੰਜਾਬ ਸੀ ਆਪਣਾ ਹੈ ਨਾ ਅਤੇ ਅੱਜ ਦੇ ਪੰਜਾਬ ਨਾਲ ਇਹਨੂੰ ਰਿਲੇਟ ਕੀਤਾ ਅਤੇ ਇਹ ਹੁਣ ਆਪਣੇ ਆਪ ਵਿੱਚ ਇੱਕ ਆਪਾਂ ਨੂੰ ਜੇ ਮੰਨ ਲਓ ਕੋਈ ਪੁਰਾਣਾ ਬੰਦਾ ਮੰਨ ਲਓ ਕੋਈ ਬਜ਼ੁਰਗ ਇਹ ਵੀਡੀਓ ਸੁਣੇ ਤਾਂ ਉਹਦੀਆਂ ਅੱਖਾਂ 'ਚ ਪਾਣੀ ਜ਼ਰੂਰ ਆਊਗਾ ਇਹ ਸੁਣ ਕੇ ਕਿਉਂਕਿ ਪੁਰਾਣੀਆਂ ਚੀਜ਼ਾਂ ਵਾਕਈ ਨਹੀਂ ਰਹੀਆਂ ਸਹੀ ਗੱਲ ਨਹੀਂ ਰਹੀਆਂ ਜਵਾਂ ਨਹੀਂ ਰਹੀਆਂ ਬਿਲਕੁਲ ਬੰਦ ਹੋ ਰਹੀਆਂ ਦਿਨੋਂ ਦਿਨ ਨਿਕਲੀ ਜਾ ਰਹੀ ਹੈ ਹਾਂ ਵੱਡੀ ਉਮਰ ਦੇ ਲੱਗ ਰਹੇ ਹੈ ਨਾ ਹਾਂ ਕਾਫੀ ਵੱਡੀ ਉਮਰ ਹੈਲਦੀ ਵੀ ਕਾਫੀ ਨੇ ਇਹ ਮਤਲਬ ਕਿੰਨਾ ਅੱਛਾ ਲਿਖਦੇ ਆ ਨਾ ਲਿਖਿਆ ਹੋਇਆ ਇਹਨਾਂ ਨੇ ਬਹੁਤ ਵਧੀਆ ਰਾਈਟਿੰਗ ਸੀ ਯਾਰ ਇਹ ਹੈ ਕੌਣ ਨੇ ਇਹਦਾ ਨਾਮ ਨੂੰ ਦੱਸ ਹਾਂ ਨਾਮ ਨਹੀਂ ਪਤਾ ਯਾਰ ਗਾਈਸ ਪਲੀਜ਼ ਸਾਨੂੰ ਦੱਸੋ ਜੇ ਤੁਹਾਨੂੰ ਪਤਾ ਕਿ ਇਹ ਕੌਣ ਨੇ ਸੋ ਤਾਂ ਜੋ ਆਪਾਂ ਇਹਨਾਂ ਦੇ ਬਾਰੇ ਹੋਰ ਦੇਖੀਏ ਕਿਉਂਕਿ ਮੈਨੂੰ ਇਹਨਾਂ ਦੀ ਜੋ ਰਾਈਟਿੰਗ ਹੈ ਮੈਨੂੰ ਬਹੁਤ ਵਧੀਆ ਲੱਗੀ ਹੈ ਉਹਨਾਂ ਦਾ ਬੋਲਣਾ ਫਿਰ ਕਿੰਨਾ ਵਧੀਆ ਹੈ ਨਾ ਹਾਂ ਵਧੀਆ ਵਧੀਆ ਤੇ ਕਹਿੰਦੇ ਮਤਲਬ ਉਹ ਨਹੀਂ ਮਤਲਬ ਅੜੜ ਕੇ ਬੁੱਲੀ ਨਹੀਂ ਮਤਲਬ ਬਹੁਤ ਅੱਛਾ ਬੋਲਿਆ ਜਿੱਦਾਂ ਮਤਲਬ ਦੇਖ ਕੇ ਆਵਾਜ਼ ਪਤਾ ਲੱਗ ਰਿਹਾ ਆਵਾਜ਼ ਪਤਾ ਲੱਗ ਰਿਹਾ ਵੀ ਹਾਂ ਨਹੀਂ ਔਖਾ ਡਿਫੀਕਲਟ ਲਿਖਿਆ ਹੋਇਆ ਜੋ ਇਹਨਾਂ ਨੇ ਲਿਖਿਆ ਇਹਨਾਂ ਨੇ ਖੁਦ ਐਕਸਪੀਰੀਅੰਸ ਕੀਤਾ ਹੈ ਕਿਉਂਕਿ ਇਹਨਾਂ ਦੀ ਏਜ ਉਹ ਤਾਂ ਠੀਕ ਹੈ ਹਾਂ ਤੇ ਉਹ ਡਿਫੀਕਲਟ ਬਹੁਤ ਜ਼ਿਆਦਾ ਲਿਖਿਆ ਹਾਂ ਕਿਉਂਕਿ ਵਰਡਸ ਪੁਰਾਣੇ ਆ ਨਾ ਬੜੇ ਪੰਜਾਬੀ ਵਾਲੇ ਮਿਕਸ ਆ ਉਹਨਾਂ ਨੇ ਤਾਂ ਹੀ ਉਹਨਾਂ ਨੇ ਲਿਖ ਲਿਖ ਮਤਲਬ ਪੜ੍ਹ ਕੇ ਬੋਲਦੇ ਪਏ ਸੀ
ਅੱਜ ਕੱਲ੍ਹ ਦੀ ਜਨਰੇਸ਼ਨ ਨੂੰ ਕਈ ਚੀਜ਼ਾਂ ਸਮਝ ਨਹੀਂ ਲੱਗਣੀਆਂ, ਮੈਨੂੰ ਵੀ ਕਈ ਚੀਜ਼ਾਂ ਨਹੀਂ ਸਮਝ ਲੱਗੀਆਂ, ਇੱਕ ਤਾਂ ਉਰਦੂ ਕਰਕੇ ਹੈ ਨਾ ਵਿੱਚ, ਕਿਉਂਕਿ ਉਰਦੂ ਦੇ ਵਰਡਸ ਵੀ ਆ, ਬਾਕੀ ਕੁਝ ਹੋਰ ਵੀ ਚੀਜ਼ਾਂ ਜਿਹਦੇ ਕਰਕੇ ਨਹੀਂ ਸਮਝ ਲੱਗੀਆਂ ਸਹੀ ਚੀਜ਼ਾਂ। ਸੋ ਬਾਕੀ ਵੀਡੀਓ ਸਾਰੀ ਬਹੁਤ ਚੰਗੀ ਸੀ ਯਾਰ, ਤੁਹਾਨੂੰ ਕਿੱਦਾਂ ਲੱਗੀ ਸਾਨੂੰ ਨੀਚੇ ਕਮੈਂਟ ਕਰਕੇ ਜ਼ਰੂਰ ਦੱਸਿਓ, ਅਤੇ ਇਹਨਾਂ ਦਾ ਨਾਮ ਦੱਸਣਾ ਜ਼ਰੂਰ ਕਰਿਓ, ਅਤੇ ਪੰਜਾਬੀ ਰੀਲ ਟੀ ਵੀ ਆਪਣੇ ਇੰਸਟਾਗ੍ਰਾਮ ਦਾ ਅਕਾਊਂਟ ਹੈ, ਫੋਲੋ ਕਰਨਾ ਬਿਲਕੁਲ ਨਾ ਭੁੱਲਿਓ, ਅਤੇ ਅਸੀਂ ਮਿਲਾਂਗੇ ਤੁਹਾਨੂੰ ਕਿਸੇ ਹੋਰ ਵੀਡੀਓ 'ਚ, ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ, ਅਤੇ ਚੱਕੀ ਰੱਖੋ ਇੱਦਾਂ ਹੀ ਕੰਮ।